ਅੱਜ ਕੀ ਗੱਲ ਵੀ ਲੈਣ ਦੇਣ ਵਾਲਾ ਰੇਟੀ ਮੰਗ ਲਓ ਬਈ ਬਾ ਜਦੋਂ ਮਾਲ ਆਪਾਂ ਨੂੰ ਜਾਇਜ਼ ਮੁੱਲ ਤੇ ਮਿਲਿਆ ਹੋਇਆ ਜਾਇਜ਼ ਮੁੱਲ ਤੇ ਹੀ ਦਵਾਂਗੇ ਜਿਵੇਂ ਕੀ ਫਾਇਦਾ ਜੇ ਹੁਣ ਬੱਕਰੀ ਆਪਣੀ 12-13 ਹਜ਼ਾਰ ਦੀ ਮੰਗੀ ਜਾਈਏ 22 ਹਜ਼ਾਰ ਉੱਥੇ ਫਿਰ ਮਾਲ ਵਿਕਦਾ ਨਹੀਂ ਹੁੰਦਾ ਬਾਈ ਠੀਕ ਹੈ ਉਹਦਾ ਫਾਇਦਾ ਨਹੀਂ ਹੈ ਨਾ ਮੁੱਲ ਕਰੋ ਜਾਇਜ਼ ਵੀ ਆਪਣਾ ਮਾਲ ਸਾਰੇ ਟੱਬਰ ਨੇ ਖਾਣਾ ਹੀ ਬੱਕਰੀਆਂ ਦੇ ਸਿਰ ਤੋਂ ਹੋਰ ਕਿਹੜਾ ਆਪਾਂ ਨੇ ਕਿਤੇ ਦਿਹਾੜੀ ਜਾਣਾ ਗੱਲ ਇਹ ਵੀ ਜਦੋਂ ਆਪਣਾ ਕੰਮ ਹੀ ਇਹ ਹੈਗਾ ਇਹੀ ਕੰਮ ਨਾਲ ਆਪਾਂ ਜੋ ਵੀ ਕੰਮ ਕਰਨਾ ਤਾਂ ਇਹਨਾਂ ਦੇ ਸਿਰ ਤੇ ਹੀ ਕਰਨਾ ਆਪਾਂ ਨੇ ਇਹ ਆਪਾਂ ਨੇ ਕਿਹੜਾ ਵੀ ਕਿਸੇ ਦੇਖਣਾ ਵੀ ਆਪਾਂ ਨੇ ਦਿਹਾੜੀ ਜਾਣਾ ਜਾਂ ਕਿਸੇ ਤੋਂ ਲਿਆਉਣੇ ਨੇ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਲਹਿਰਾ ਬੇਗਾ ਬੱਕਰੀਆਂ ਦੀ ਮੰਡੀ ਤੇ ਖੜੇ ਆ ਤੇ ਇਸ ਮੰਡੀ ਦੇ ਪ੍ਰਬੰਧ ਬਹੁਤ ਚੰਗੇ ਨੇਗੇ ਬਹੁਤ ਵਧੀਆ ਪ੍ਰਬੰਧ ਹੈ ਚਾਹ ਪਾਣੀ ਤੋਂ ਲੈ ਕੇ ਸਭ ਪ੍ਰਬੰਧ ਇੱਥੇ ਪੂਰੇ ਵਧੀਆ ਨੇ ਰੋਟੀ ਦਾ ਸਾਰਾ ਕੁਝ ਪ੍ਰਬੰਧ ਹੈਗਾ ਸੋਮਵਾਰ ਨੂੰ ਮੰਡੀ ਲੱਗਦੀ ਹੈ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਗਾ ਅਤੇ ਅੱਜ ਬਹੁਤ ਸਾਰੇ ਵੀਰਾਂ ਦੇ ਫੋਨ ਆ ਰਹੇ ਸੀ ਕਿ ਬਾਈ ਜੀ ਲਾਈਵ ਸੌਦਿਆਂ ਦੇ ਨਾਲ ਚਲੋ ਬੱਕਰੀਆਂ ਦੇ ਰੇਟ ਵੀ ਸਾਨੂੰ ਦੱਸ ਦਿਆ ਕਰੋ ਬੱਕਰੀਆਂ ਦੇ ਰੇਟ ਆਪਾਂ ਜਾਣਨ ਲੱਗਿਆਂ ਅਤੇ ਬਾਈ ਚਰਨ ਹੋਰੀ ਨੇ ਆਪਣੇ ਨਾਲ ਇਸ ਸਮੇਂ ਅਤੇ ਲਹਿਰਾ ਬੇਗਾ ਬੱਕਰੀਆਂ ਦੀ ਮੰਡੀ ਤੋਂ ਰੇਟ ਦਿਖਾਉਣ ਜਾ ਰਹੇ ਹਾਂ ਤੁਸੀਂ ਬੱਕਰੀਆਂ 'ਤੇ ਕੈਮਰਾ ਵੀ ਮਾਰਾਂਗੇ ਦਿਖਾਈ ਚੱਲਾਂਗੇ ਤੁਹਾਨੂੰ ਕਿੰਨੇ ਰੁਪਏ ਦੀਆਂ ਬੱਕਰੀਆਂ ਨੇ ਚਰਨੇ ਬਾਈ ਕੀ ਹਾਲ ਚਾਲ ਆ ਠੀਕ ਠਾਕ ਜੀ ਬਾਈ ਜੀ ਠੀਕ ਠਾਕ ਆ ਅਤੇ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਇਆ ਬਾਈ ਜੀ ਅੱਜ ਬੱਕਰੀਆਂ ਆਪਣੇ ਕੋਲ ਹੈਗੀਆਂ ਨੇ ਜੀ 14-15 ਬੱਕਰੀਆਂ ਹਾਂ ਜੀ ਹਾਂ ਸੂਈਆਂ ਹੋਈਆਂ ਕਿੰਨੀਆਂ ਨੇ ਅਤੇ ਬਿਨਾਂ ਇਹਨਾਂ ਦੇ ਗੱਬਣਾਂ ਨੇ ਜੀ ਬੱਕਰੀਆਂ ਆਪਣੇ ਕੋਲ ਤਕਰੀਬਨ ਤਾਂ ਸਾਰੀਆਂ ਗੱਬਣਾਂ ਹੋਈਆਂ ਹੋਈਆਂ ਨੇ ਜੀ ਕੋਈ 2 ਮਹੀਨਿਆਂ ਦੀ ਕੋਈ 2.5 ਮਹੀਨਿਆਂ ਦੀ ਕੋਈ 3 ਦੀ ਜੀ ਠੀਕ ਹੈ ਅਤੇ ਬਾਕੀ ਆਹ ਪੱਠ ਆਪਣੇ ਕੋਲ ਸੂਈ ਹੋਈ ਹੈ ਜੀ ਇੱਕ ਬੱਚਾ ਇਹਦੇ ਮਗਰ ਪਹਿਲੇ ਸੂਏ ਸੂਈ ਹੈ 4 ਦੰਦ ਠੀਕ ਹੈ ਜੀ 4 ਦੰਦ ਪੱਠ ਹੈ ਹਾਂ ਬੱਚਿਆਂ ਕੀ ਇਹਦੇ ਮਗਰ ਇਹਦੇ ਮਗਰ ਮੇਮਨੀ ਹੈ ਜੀ ਲੈ ਉਹਰੇ ਮੇਮਨੀ ਮੇਮਨੀ ਫੜਾ ਵੀ ਲਓ ਬਾਈ ਇਹ 3-4 ਬਾਈ ਇਹਨਾਂ ਦਾ ਇਕੱਠਿਆਂ ਦੀ ਕੰਮ ਹੈਗਾ ਵੀ ਇਕੱਠੇ ਹੀ ਆਉਂਦੇ ਨੇਗੇ ਹਾਂ ਜੀ ਕਿਉਂਕਿ ਮੰਡੀਆਂ ਨੇ ਜਿਹੜੀਆਂ ਇਹਨਾਂ ਤੇ ਆਪਾਂ ਮਿਲ ਜੁਲ ਕੇ ਆਉਂਦੇ ਹਾਂਗੇ ਤੇ ਫੇਰ ਕੰਮ ਕਾਰ ਆਪਦਾ ਚੱਲਦਾ ਰਹਿਣਾ ਜਦੋਂ ਇਕੱਠੇ ਮਿਲ ਕੇ ਆਉਂਦੇ ਆ ਹਾਂ ਜੀ ਤੇ ਇਹ ਪੱਠ ਹੈ ਹਾਂ ਜੀ ਕੱਦ ਕਿੰਨਾ ਹੋਊ ਪਤਾ ਕੱਦ ਹੈਗਾ ਜੀ 35-36 ਇਹਦਾ ਹਾਂ ਜੀ 35-37 ਚ ਕੱਦ ਹੋਊਗਾ ਹੋਊਗਾ 2 ਲੀਟਰ ਦੁੱਧ ਥੱਲੇ 2 ਲੀਟਰ ਦੁੱਧ ਹੋਊਗਾ ਵੀਰੇ 4 ਦੰਦ ਦੀ ਸੂਈ ਹੋਈ ਆ ਹਜੇ ਹਾਂ ਜੀ 4 ਦੰਦ ਹੋਰ ਕਰੂਗੀ ਕੱਦ ਹੋਰ ਕੱਦ ਕਰੂ ਵੀਰੇ ਹਜੇ ਠੀਕ ਹੈ ਹਾਂ ਜੀ ਤੇ ਨਾਲ ਇੱਕ ਬੱਚਾ ਹੀ ਆ ਹਾਂ ਜੀ ਇੱਕ ਬੱਚਾ ਹੀ ਆ ਪੱਠ ਆ ਇਹਦੇ ਮਗਰ ਆ ਪੱਠ ਹੈ ਹਾਂ ਜੀ ਦੇਖ ਸਕਦੇ ਚੱਕ ਕੇ ਦਿਖਾ ਦੇ ਬਾਈ ਰਾਮ ਨਾਲ ਲਾ ਬਈ ਪਰਲੇ ਬੰਨੇ ਲੈ ਹਾਂ ਜੀ ਇਹ ਪੱਠ ਆ ਵੀਰੇ ਬਿਲਕੁਲ ਸਾਫ ਆ ਕਿਸੇ ਬਾਈ ਨੂੰ ਚਾਹੀਦੀ ਹੋਵੇ ਤਾਂ ਮੁੱਲ ਤਾਂ ਇਹਦਾ ਆਪਾਂ ਜਿਵੇਂ ਮਰਜ਼ੀ ਕਰੀ ਜਾਈਏ ਜੀ 20 ਹਜ਼ਾਰ ਦੀ ਦੇ ਦਾਂਗੇ ਮੁੱਲ 22 ਹਜ਼ਾਰ ਰੁਪਇਆ ਕਰਦੇ ਹਾਂ ਬਾਈ ਇਹਦਾ ਠੀਕ ਹੈ ਮਗਰ ਪੱਠ ਆ ਹੀ ਥੱਲੇ ਬਾਈ ਕਰ ਦਿਆਂਗੇ ਹਾਂਜੀ 20 ਹਜ਼ਾਰ ਦੀ ਦੇ ਦਾਂਗੇ ਬਾਈ ਜੀ ਠੀਕ ਹੈ ਲਓ ਬਾਈ ਪੱਠ ਚੰਗੀ ਆ ਬਣਦੀ ਤਣਦੀ ਆ ਹੋਰ ਵੀ ਦਿਖਾਉਣਾਂਗੇ ਤੁਹਾਨੂੰ ਬੱਕਰੀਆਂ ਇਹ ਬੱਕਰੀ ਆਈ ਵੱਡੀ ਆ ਆਪਣੇ ਕੋਲੇ ਇਹਨੂੰ ਪਰਾਂ ਕਰ ਲਓ ਬਾਈ ਥੋੜਾ ਜਿਹਾ ਦੁੱਧ ਦਿੰਦੀ ਆ ਇਹ ਤੇ ਬਾਕੀ 1.5 ਮਹੀਨੇ ਦੀ ਕ੍ਰੋਸ ਵੀ ਹੋਈ ਹੋਈ ਆ ਜੀ ਪੂਰੀ ਕਲੀਅਰ ਹਾਂ ਜੀ ਹਾਂ ਠੀਕ ਹੈ ਦੁੱਧ ਹੁਣ ਕਿੰਨਾ ਦੇ ਰਹੀ ਦੁੱਧ ਦੇ ਥੱਲੇ ਕਿਲੋ ਕੁ ਹੋਊਗਾ ਜੀ 1.5 ਕਿਲੋ ਇਸ ਟਾਈਮ ਅੱਜ ਮੌਕੇ ਦਾ ਮੌਕੇ ਦਾ ਜੀ ਸੂਕੇ ਕਿੰਨਾ ਕੁ ਜੀ ਸੂਕੇ ਦਾ ਹੈਗਾ ਜੀ 3-3.5 ਕਿਲੋ ਦੁੱਧ ਗੱਬਣ ਦੀ ਗਾਰੰਟੀ ਦਿਓਗੇ ਗੱਬਣ ਦੀ ਫੁੱਲ ਗਾਰੰਟੀ ਦਵਾਂਗੇ ਵੀਰੇ ਠੀਕ ਹੈ ਹਾਂ ਜੀ ਹਾਂ 1000 ਰੁਪਏ ਦੀ ਹੋਊਗੀ ਇਹਦਾ ਮੁੱਲ ਹੈਗਾ ਜੀ 18,000 ਰੁਪਇਆ ਬਾਕੀ ਜਦੋਂ ਮੌਕੇ ਤੇ ਆਪਾਂ ਸੌਦਾ ਬਣ ਜੂਗਾ ਜੀ ਆਪਣਾ ਠੀਕ ਹੈ ਜੀ ਹਾਂ ਜੀ ਹਾਂ ਤੇ ਆ ਲਓ ਇਹ ਬੱਕਰੀ ਵੀ ਗੱਬਣ ਆਈ 3-3.5 ਮਹੀਨਿਆਂ ਦੀ 3-3.5 ਮਹੀਨਿਆਂ ਹਾਂ ਜੀ ਹਾਂ ਦੰਦ ਕਿਆ ਆ ਗਈ ਦੰਦ ਪੂਰੇ ਆ ਵੀਰੇ ਦੰਦ ਦੰਦਾਂ ਦੀ ਓਕੇ ਖੜੀ ਆ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਹਾਂ ਜੀ ਹਾਂ ਸੇਫ ਸੂਫ ਵਧੀਆ ਜੀ ਇਹਦੀ ਥਣਾ ਤੁਣਾ ਦੀ ਸਾਫ ਆ ਬਿਲਕੁਲ ਹੁਣ ਦੁੱਧ ਵੀ ਦਿੰਦੀ ਹੈ ਹਾਂ ਥੋੜਾ ਜਿਹਾ ਦੁੱਧ ਦਿੰਦੀ ਆ ਵੀਰੇ ਹੁਣ ਤਾਂ ਥੋੜਾ ਹੀ ਆ ਦੁੱਧ ਮਤਲਬ ਆਹੀ ਧਾਰਾਂ ਨੇ ਜਿਹੜੀਆਂ ਦੇ ਗੱਬਣ ਗਰੰਟੀ ਕਹਿੰਦੇ ਆਪਾਂ ਪੂਰੀ ਗਰੰਟੀ ਵੀਰੇ ਲੈ ਗਰੰਟੀ ਦੇ ਨਾਲ ਗੱਬਣ ਮੁੱਲ ਇਹਦਾ ਹੈਗਾ ਜੀ 18,000 ਕੱਦ ਕਿੰਨਾ ਹੋਊ ਇਹਦਾ ਕੱਦ ਇਹਦਾ 35-36 ਦੇ ਨੇੜੇ ਆ 35-36 ਦੇ ਤਕਰੀਬਨ ਅੱਜ ਸਾਰੀਆਂ ਬੱਕਰੀਆਂ ਮੈਨੂੰ ਐ ਲੱਗ ਰਿਹਾ ਵੀ 35-36 ਹਾਂ ਜੀ 35-36 ਆ ਪੱਟ ਪਹਿਲੇ ਸੋਏ ਆ ਜੀ ਠੀਕ ਹੈ ਜੀ ਹਾਂ ਜੀ ਇਹ ਵੀ ਗੱਬਣ ਆ ਜੀ 2-2.5 ਮਹੀਨੇ ਦੀ ਬਾਕੀ ਸਾਰੀਆਂ ਬੱਕਰੀਆਂ ਹੋਈਆਂ ਹੋਈਆਂ ਨੇ ਵੀਰੇ ਹੁਣ ਠੀਕ ਹੈ ਇਹ ਘੱਟ ਮੁੱਲ ਵਾਲੀ ਆ ਇਹ ਘੱਟ ਮੁੱਲ ਵਾਲੀ ਇਹਦਾ ਕੀ ਮੁੱਲ ਕਰਦੇ ਇਹਦਾ 16,000 ਰੁਪਇਆ ਜੀ ਇਹਦਾ 16,000 ਹਾਂ ਜੀ ਹਾਂ ਠੀਕ ਹੈ ਇਹ ਵੀ ਗਾਰੰਟੀ ਗੱਬਣ ਇਹ ਵੀ ਗਾਰੰਟੀ ਇਹਦਾ ਕੱਦ ਥੋੜਾ ਜਿਹਾ ਘੱਟ ਆ ਵੀ ਹਾਂ ਜੀ ਹਾਂ ਆ ਜਾਓ ਬਾਕੀ ਆ ਪੱਠ ਆ ਜੀ ਹਜੇ 2 ਦੰਦ ਪੱਠ ਆ ਇਹ ਇੱਕ ਮਿੰਟ ਆ ਬਰਾਂ ਕਰ ਆ ਪੱਠ ਆ ਜੀ ਹੁਣ 2 ਦੰਦ ਆ ਇਹ ਵੀ ਹਜੇ ਕ੍ਰਾਸ ਨਹੀਂ ਕਰਾਈ ਬਾਈ ਅੱਛਾ ਇਹ ਕਰਾਉਣੀ ਆ ਹੁਣ ਆਪਾਂ ਪੱਠ ਹੈਗੀ ਹਾਂ ਇਹ ਪੱਠ ਹੀ ਆ 2 ਦੰਦ ਹੀ ਆ ਬਾਈ ਹਜੇ ਠੀਕ ਹੈ ਹਾਂ ਜੀ ਇਹਦੀ ਹਾਈਟ ਵਗੈਰਾ ਇਹਦੀ ਹਾਈਟ ਹੈਗੀ ਜੀ 35 35 ਇੰਚ ਨਾ ਹਾਂ ਜੀ ਹਾਂ ਠੀਕ ਹੈ ਇਹਦਾ ਕੀ ਮੁੱਲ ਕਰੋਗੇ ਬਾਈ ਇਹਦਾ 16,000 ਰੁਪਇਆ ਬਾਈ ਲੈਣ ਦੇਣਾ ਇਹਦਾ ਵੀ 16 ਲੈਣ ਦੇਣਾ ਲੈਣ ਦੇਣੀ ਹੈ ਜੀ ਠੀਕ ਹੈ ਲੈ ਬਾਈ ਲੈਣ ਦੇਣ ਵਾਲੇ ਰੇਟ ਦਿਖਾ ਰਹੇਗੇ ਬਾਈ ਨੂੰ ਕਹਿੰਦਾ ਵੀ ਕੈਮਰਾ ਥੱਲੋਂ ਤੱਕ ਮਾਰ ਕੇ ਦਿਖਾ ਦੇ ਆਲਾ ਨਾਲ ਥੱਲੋਂ ਤੱਕ ਵੀ ਬੱਕਰੀ ਦਾ ਪਤਾ ਲੱਗਦਾ ਰਹੇ ਨਾ ਵੀ ਕਲਰ ਮੇਟ ਕਿਦਾਂ ਕੀ ਇਹ ਬੱਕਰੀ ਗੱਬਣ ਆਈ ਆਪਣੀ ਹਾਂ ਹਾਂ ਇਹ ਹੈਗੀ ਜੀ 16,000 ਦੀ ਰੇਂਜ ਦੇ ਵਿੱਚ ਇਹ ਪੂਰੇ ਦੰਦ ਆ ਵੀਰੇ ਓਕੇ ਦੰਦ ਖੜੇ ਨੇ ਕਿਸੇ ਗੱਲ ਦੀ ਉਹ ਨਹੀਂ ਹੈਗੀ ਠੀਕ ਹੈ ਜੀ ਗੱਬਣ ਗੱਬਣ ਦੀ ਗਰੰਟੀ ਆ ਜੀ ਕਿੰਨੇ ਟਾਈਮ ਦੀ ਇਹ 3 ਮਹੀਨਿਆਂ ਦੀ ਵੀਰੇ 3 ਮਹੀਨਿਆਂ ਦੀ ਜੀ ਲੈ ਬਾਈ ਹੋਰ ਸੂਈ ਸੂਈ ਹੋਈ ਬੱਕਰੀ ਕਾਹ ਬੈਠੀ ਹੈ ਜੀ ਅੱਜ ਬਿਲਕੁਲ ਭਾਰੀਆਂ ਨੇ ਬਾਈ ਆਪਣੇ ਕੋਲ ਬੱਕਰੀਆਂ ਠੀਕ ਹੈ ਜੀ ਬਸ 16-17-18 ਦੀ ਰੇਂਜ ਵਾਲੀਆਂ ਨੇ ਬਾਈ ਸਾਰੀਆਂ ਇਹ ਕਹਿ ਦੰਦਾ ਵੀਰੇ ਇਹ ਪੂਰੇ ਦੰਦ ਆ ਬਾਈ ਪੂਰੇ ਦੰਦ ਹਾਂ ਜੀ ਹਾਂ ਦੰਦਾ ਦੀ ਬਿਲਕੁਲ ਓਕੇ ਆ ਬਾਈ ਚਰਨੇ ਬਾਈ ਦਾ ਨੰਬਰ ਵੀ ਲੈ ਸਕਦੇ ਹੋ
ਆਹ ਪੱਠ ਵੀ ਹੈ ਜੀ ਠੀਕ ਹੈ ਇਹ ਵੀ ਪਹਿਲੇ ਸੂਈ ਆ ਵੀਰੇ ਇਹ ਵੀ ਗੱਭ ਹੈਗੀ ਡੇਢ ਕੁ ਮਹੀਨੇ ਦੀ ਡੇਢ ਮਹੀਨੇ ਦੀ ਗੱਭਣ ਹਾਂਜੀ ਹਾਂ ਠੀਕ ਹੈ ਜ਼ਿਆਦਾਤਰ ਅਜੇ ਛੋਟੀ ਉਮਰ ਵਾਲੀਆਂ ਬੱਕਰੀਆਂ ਨੇ ਛੋਟੀ ਉਮਰ ਨਵੇਂ ਪਸ਼ੂ ਨੇ ਜੀ ਸਾਰੇ ਹੀ ਬਿਲਕੁਲ ਨਵੀਆਂ ਪੱਠਾਂ ਨੇਗੀਆਂ ਹਾਂਜੀ ਇਹਦਾ ਮੁੱਲ ਕੀ ਕਰਿਆ ਸੀ ਇਹਦਾ ਵੀ 16000 16000 ਲੈ ਵੀ ਸਾਰੀਆਂ ਦਾ 16000 ਹੀ ਆ ਇੱਕ ਦੋ ਬਾਕੀ ਆ ਪੱਠਾ ਹੀ ਦੋ ਦੰਦ ਆ ਜੀ ਆਪਣੀ ਇਹ ਹਜੇ ਕ੍ਰਾਸ ਨਹੀਂ ਕਰਾਈ ਹੈਗੀ ਪੱਕੇ ਦੋ ਦੰਦ ਨੇ ਇਹਦੇ ਠੀਕ ਹੈ ਇਹਦਾ ਵੀ 17000 ਰੁਪਇਆ ਮੁੱਲ ਆ ਇਹਦਾ 17000 ਹਾਂਜੀ ਹਾਂਜੀ ਇਹਦਾ 17000 ਹਾਂਜੀ ਲੈ ਵੀ ਕੁਆਲਿਟੀ ਕਿਵੇਂ ਮੰਨਦੇ ਹੋ ਕੀ ਗੱਲਬਾਤ ਹੈ ਜੀ ਬਿਲਕੁਲ ਨਵੇਂ ਬੰਦੇ ਨੂੰ ਸਾਰਾ ਮਾਲ ਆ ਜਿਵੇਂ ਕਿਸੇ ਨੇ ਨਵਾਂ ਮਾਲ ਰੱਖਣਾ ਜਾਂ ਨਵਾਂ ਸਟਾਰਟ ਕਰਨਾ ਜੀ ਕੰਮ ਉਹਦੇ ਵਾਸਤੇ ਬਹੁਤ ਵਧੀਆ ਫਾਇਦੇਮੰਦ ਚੀਜ਼ ਆ ਜੀ ਇਹ ਠੀਕ ਹੈ ਤੇ ਉਦਾਂ ਅੱਜ ਵਿਕਰੀ ਦੀ ਕੀ ਗੱਲਬਾਤ ਕਰੀ ਵਿਕਰੀ ਵਧੀਆ ਚੱਲੀ ਜਾ ਰਹੀ ਹੈ ਜੀ ਠੀਕ ਹੈ ਵਿਕੀ ਜਾ ਰਹੀਆਂ ਨੇ ਵੀਰੇ ਹੋਲੇ ਭਾਅ ਦਾ ਹਰੇਕ ਗਾਹਕ ਹੁੰਦਾ ਬਾਈ ਜਿਵੇਂ ਕੋਈ ਨਵੇਂ ਬੰਦੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿੱਥੇ ਆਪਾਂ ਇੱਕ ਲੈਣੀਆਂ ਤਿੰਨ ਬਣ ਜਾਂਦੀਆਂ ਨੇਗੀਆਂ ਕੋਈ ਬੰਦੇ ਨੇ ਆਪਾਂ 15-16000 ਦੀ ਰੇਂਜ 'ਚ ਲਾਉਣ ਵਾਲੇ ਨੇ ਉਹ ਨਹੀਂ 40-50000 ਰੁਪਈਆ ਬੱਕਰੀ 'ਤੇ ਲਾ ਸਕਦਾ ਤਾਂ ਉਹਦੇ ਵਾਸਤੇ ਬਹੁਤ ਵਧੀਆ ਫਾਇਦੇਮੰਦ ਚੀਜ਼ ਆ ਜੀ ਇਹ ਠੀਕ ਹੈ ਜੀ ਹਾਂਜੀ ਹਾਂ ਲੈ ਬਾਈ ਇਹ ਇਹਦਾ ਉਹ ਡਿਟੇਲ ਕੀ ਰਹੂ ਇਹ ਵੀ ਗੱਬਣਾ ਵੀਰੇ ਡੇਢ ਕੁ ਮਹੀਨੇ ਦੀ ਡੇਢ ਕੁ ਮਹੀਨੇ ਦੀ ਇਹਦੀ ਡਿਟੇਲ ਹੈਗੀ 14000 ਰੁਪਈਆ 14000 ਰੁਪਈਆ ਹਾਂਜੀ ਹਾਂ ਗੱਬਣ ਦੀ ਤਾਂ ਗਰੰਟੀ ਗੱਬਣ ਦੀ ਹਜੇ ਡੇਢ ਕੁ ਮਹੀਨੇ ਦੀ ਗੱਬ ਆ ਜੀ ਇਹ ਠੀਕ ਹੈ ਹਾਂਜੀ ਹਾਂ ਗਰੰਟੀ ਹੈ ਜੀ ਤੇ ਬੱਚਾ ਹੈਗਾ ਕੋਈ ਨਹੀਂ ਬੱਚੇ ਹੈਗੇ ਨੇ ਛੋਟੇ ਬੱਕਰਾ ਹਾਂਜੀ ਹਾਂ ਇਹ ਵੀ ਦਿਖਾਉਂਦੇ ਆ ਬਾਈ ਉਹ ਵੀ ਦਿਖਾਉਣਗੇ ਤੁਹਾਨੂੰ ਹਾਂਜੀ ਇਹ ਪੱਠਾ ਜੀ ਇਹ ਵੀ 4 ਦੰਦ ਹੀ ਆ ਜੇ ਗੱਬਣ 23 ਕਿ ਮਹੀਨਿਆਂ ਦੀ ਹਾਂਜੀ ਹਾਂ ਇਹਦਾ ਹੈਗਾ ਜੀ 16000 ਰੁਪਇਆ 16000 ਲੈ ਵੀ ਬਾਈ ਮੱਤ ਕੇ ਆ ਵੀ 16000 ਹੀ ਮੁੱਲ ਕਰਨਾਗਾ ਜੈ ਜੀ ਬਾਈ ਜਦੋਂ ਆਪਾਂ ਨੂੰ ਰੋਟੀ ਬਣਦੀ ਦੀ ਕੀ ਆਪਾਂ ਦੇ ਦਾਂਗੇ ਸਾਰੀਆਂ ਕੋਈ ਇਕੱਠੀਆਂ ਵੀ ਲਿਆਂਦਾ ਹੋਵੇ ਇਹ ਕਿਵੇਂ ਬੱਕਰੀ ਕੁਆਲਿਟੀ ਕਿਹੜੀ ਮੰਨਦੇ ਨੂੰ ਕੁਆਲਿਟੀ ਵਧੀਆ ਜੀ ਇਹ ਚਿੱਟੀ ਅੱਖ ਦੇ ਵਿੱਚ ਹੈਗੀ ਸੇਫਟੀ ਸੂਫਟੀ ਵਧੀਆ ਇਹਦੀ ਕੰਨ ਕੁੰਨ ਬਹੁਤ ਵਧੀਆ ਨੇ ਦੰਦਾਂ ਦੁੰਦਾਂ ਦੀ ਬਿਲਕੁਲ ਸਾਫ ਸੁਥਰੀ ਆ ਇਹ ਦੂਜੇ ਸੂਏ ਗੱਪ ਆ ਜੀ ਹੁਣ ਦੂਜੇ ਸੂਏ ਗੱਪ ਹਾਂ ਜੀ 3 ਕੁ ਮਹੀਨਿਆਂ ਦੀ ਗੱਬਣਾ ਵੀਰੇ ਠੀਕ ਹੈ ਜੀ ਹਾਂਜੀ ਹਾਂ ਲੈ ਬਾਈ 3 ਕੁ ਮਹੀਨਿਆਂ ਦੀ ਕੱਪਣਾ ਕੰਨਾਂ ਦੀ ਲੈਣ ਦੀ ਬਹੁਤ ਆ ਦੰਦਾਂ ਦੁੰਦਾਂ ਦੀ ਬਿਲਕੁਲ ਓਕੇ ਆ ਵੀਰੇ ਇਹ ਵੀ ਲੈਣ ਦੇਣੀ ਕਰਿਆ ਹਾਂ ਜੀ ਲੈਣ ਦੇਣੀ ਬਾਈ ਠੀਕ ਹੈ ਉਹ ਬੱਕਰਾ ਛੋਟਾ ਇਹ ਮੇਵਨਾ ਜੀ ਆਪਣੇ ਕੋਲ ਬੱਕਰਾ ਦਿਖਾਉਨੇ ਆ ਵੈਸੇ 3 ਕੁ ਮਹੀਨਿਆਂ ਦਾ ਬੱਚਾ ਜੀ ਮੇਵਨੇ ਜੇ ਘੱਟ ਹੀ ਮਿਲ ਜਾਂਦੇ ਨੇ ਹਾਂ ਜੀ ਹਾਂ ਬਾਈ ਘਰੇ ਤਾਂ ਬੱਕਰੀਆਂ ਹੁੰਦੀਆਂ ਨੇ ਨਾ ਹਾਂ ਜੀ ਹਾਂ ਇਹ ਬੱਚਾ ਹੀ ਆਪਣੇ ਕੋਲੇ ਕਿੰਨੇ ਮਹੀਨੇ ਦਾ ਹੋਊਗਾ ਇਹ ਹੋਊਗਾ ਜੀ 4 ਕੁ ਮਹੀਨੇ 3.5 ਦਾ ਠੀਕ ਹੈ ਹਾਂ ਇਹਦਾ 7,500 ਰੁਪਏ ਮੁੰਡਾ ਲੈਣ ਦੇਣ ਕਿੱਥੇ ਲੈਣ ਦੇਣੀ ਆ ਬਾਈ ਇਹਦਾ ਬਸ 5-400 ਰੁਪਏ ਘੱਟ ਜਾਗੇ ਵੀਰੇ ਬੱਚਾ ਬਹੁਤ ਵਧੀਆ ਆ ਠੀਕ ਹੈ ਕੰਨਾ ਕੁੰਨਾ ਦਾ ਸਾਫ ਆ ਬਿਲਕੁਲ ਅੱਜ ਕੀ ਗੱਲ ਵੀ ਲੈਣ ਦੇਣ ਵਾਲਾ ਰੇਟ ਹੀ ਮੰਗ ਰਹੇ ਬਾਈ ਬਾ ਜਦੋਂ ਮਾਲ ਆਪਾਂ ਨੂੰ ਜਾਇਜ਼ ਮੁੱਲ ਤੇ ਮਿਲਿਆ ਹੋਇਆ ਜਾਇਜ਼ ਮੁੱਲ ਤੇ ਹੀ ਦਵਾਂਗੇ ਜਿਵੇਂ ਕੀ ਫਾਇਦਾ ਜੇ ਹੁਣ ਬੱਕਰੀ ਆਪਣੀ 12-13,000 ਦੀ ਮੰਗੀ ਜਾਈਏ 22,000 ਉਹ 'ਚ ਫਿਰ ਮਾਲ ਵਿਕਦਾ ਨਹੀਂ ਹੁੰਦਾ ਬਾਈ ਠੀਕ ਹੈ ਉਹਦਾ ਫਾਇਦਾ ਨਹੀਂ ਹੈਨਾ ਮੁੱਲ ਕਰੋ ਜਾਇਜ਼ ਵੀ ਆਪਣਾ ਮਾਲ ਵਿਕੀ ਜਾਵੇ ਠੀਕ ਠੀਕ ਹੈ ਇਹ ਚੀਜ਼ ਹੁੰਦੀ ਆ ਵੀਰੇ ਮੰਡੀਆਂ ਫਿਰ ਆਪਾਂ ਸਾਰੀਆਂ ਜਾਣਾਂਗੇ ਹਾਂ ਮੰਡੀਆਂ ਸਾਰੀਆਂ ਵੀਰੇ ਠੀਕ ਹੈ ਤੇ ਉਦਾਂ ਵਪਾਰ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਵਧੀਆ ਵਪਾਰ ਬਹੁਤ ਵਧੀਆ ਚੱਲ ਰਿਹਾ ਵੀਰੇ ਘਰੇ ਵੀ ਮਾਲ ਵਧੀਆ ਵਿਕੀ ਜਾਂਦਾ ਆ ਮੰਨ ਕੇ ਚੱਲੀਏ ਦੁੱਧ ਵਗੈਰਾ ਵੀ ਪਾਉਣੇ ਹੋਵੋਗੇ ਹਾਂ ਜੀ ਹਾਂ ਦੁੱਧ ਵਧੀਆ ਵੀਰੇ ਪਾਈ ਜਾਂਦੇ ਆ ਠੀਕ ਹੈ 100 ਰੁਪਏ ਦੁੱਧ ਲੱਗਦਾ ਦੁੱਧ ਲੱਗੀ ਜਾਂਦਾ ਜੀ ਆਪਣਾ 32-33 ਰੁਪਏ 35 ਤੱਕ ਜੀ ਠੀਕ ਹੈ ਹਾਂਜੀ ਹਾਂ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਤੋਂ ਕਿੰਨਾ ਕੁ ਦੁੱਧ ਹੋ ਜਾਂਦਾ ਘਰੇ ਆਪਣੇ ਬੱਕਰੀਆਂ ਆਪਣੇ ਕੋਲ ਹੈਗੀਆਂ ਨੇ 50-55 ਦੁੱਧ ਆਪਾਂ ਪਾਈ ਜਾਂਦੇ ਜੀ ਪਹਿਲਾਂ ਤਾਂ ਵਧੀਆ ਪਾਉਂਦੇ ਸੀ ਯਾਨੀ ਕਿ ਹੁਣ ਘੱਟ ਘੁੱਟ ਗਿਆ ਜੀ ਮੱਛਰਾਂ ਕਰਕੇ ਮੀਂਹ ਕਰਕੇ ਠੀਕ ਹੈ ਜੀ 50-60 ਲੀਟਰ ਦੁੱਧ ਪਾਈ ਜਾਂਦੇ ਸੀ ਬੱਕਰੀਆਂ ਦਾ ਠੀਕ ਹੈ ਜੀ ਕੈਂਟ ਤੋਂ ਬਾਅਦ ਦਿਹਾੜੀ ਪੈਂਦੀ ਹੈ ਜੀ ਹਾਂ ਫੁੱਲ ਦਿਹਾੜੀ ਪੈਂਦੀ ਆ ਵੀਰੇ ਠੀਕ ਹੈ ਜੀ ਜੇ ਹੁਣ ਆਪਾਂ ਅੱਜ 50 ਲੀਟਰ ਦੁੱਧ ਪਾਦਾ ਦਿਹਾੜੀ ਤਾਂ ਆਪੇ ਹੀ ਪੈਗੀ ਜੀ ਸਹੀ ਗੱਲ ਸਾਰੇ ਟੱਬਰ ਨੇ ਖਾਣਾ ਹੀ ਬੱਕਰੀਆਂ ਦੇ ਸਿਰ ਤਾਂ ਹੋਰ ਕਿਹੜਾ ਆਪਾਂ ਨੇ ਕਿਤੇ ਦਿਹਾੜੀ ਜਾਣਾ ਆ ਗੱਲ ਇਹ ਵੀ ਜਦੋਂ ਆਪਣਾ ਕੰਮ ਹੀ ਇਹ ਹੈਗਾ ਇਹੀ ਕੰਮ ਨਾਲ ਆਪਾਂ ਜੋ ਵੀ ਕੰਮ ਕਰਨਾ ਤਾਂ ਇਹਨਾਂ ਦੇ ਸਿਰ ਤੇ ਹੀ ਕਰਨਾ ਆਪਾਂ ਨੇ ਇਹ ਆਪਾਂ ਨੇ ਕਿਹੜਾ ਵੀ ਕਦੀ ਦੇਖਣਾ ਵੀ ਆਪਾਂ ਨੇ ਦਿਹਾੜੀ ਜਾਣਾ ਜਾਂ ਕਿਸੇ ਤੋਂ ਲਿਆਉਣੇ ਨੇ ਠੀਕ ਹੈ ਜੀ ਗੱਲ ਸਾਰਾ ਪਰਿਵਾਰ ਇਹਨਾਂ ਨਾਲ ਇਹ ਠੀਕ ਹੈ ਬਾਈ ਚਰਨੇ ਜੇ ਹੁਣ ਐਂ ਦੱਸ ਹਾਂਜੀ ਜੇ ਸਾਰੀਆਂ ਬਾਈ ਨੇ ਕਿਸੇ ਨੇ ਇਕੱਠੀਆਂ ਖਰੀਦਣੀਆਂ ਹੋਣ ਤੇ ਕਿੰਨੇ ਨਾਗ ਨੇ ਵੀ ਕਿਆ ਪੈਸੇ ਨੂੰ ਦਊਂਗੇ ਜੇ ਬਾਈ ਜੀ ਆਪਣੇ ਕੋਲੇ 13 ਨਾਗ ਨੇ ਵੱਡੇ ਸਾਰੇ ਠੀਕ ਹੈ ਤੇ ਆਪਾਂ ਜੇ ਕੋਈ ਪੱਟੀ ਵੀ ਆਪਣੀ ਲਊਗਾ ਤਾਂ 15,000 ਨੂੰ ਪੱਟੀ ਦੇ ਦਾਂਗੇ ਜੀ ਹੋਰ ਹੋ ਜੂ ਮਾਨਤਾ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਜੇ ਸਾਰੀਆਂ ਇਕੱਠੀਆਂ ਲਊਗੇ ਜੀ ਅਗਲਾ ਠੀਕ ਹੈ ਜੀ ਸਾਰੇ ਨਵੇਂ ਪਸ਼ੂ ਨੇ ਜੀ ਕੋਈ ਦੰਦਾਂ 'ਚ ਨਹੀਂ ਫਰਕ ਕਿਸੇ ਦੇ ਥਣਾਂ 'ਚ ਨਹੀਂ ਫਰਕ ਹੈਗਾ ਸਾਰੀਆਂ ਵਿੱਚ ਤਾਂ ਪੱਠਾ ਹੀ ਨੇ ਜੀ ਦੋ ਦੰਦ ਠੀਕ ਤੇ ਵਿੱਚ 4 ਦੰਦ ਸੂਈਆਂ ਹੋਈਆਂ ਨੇ ਜੀ ਪਹਿਲੇ ਪਹਿਲੇ ਸੂਏ ਬਾਕੀ ਸਾਰੀਆਂ ਬੱਕਰੀਆਂ ਨਵੀਆਂ ਨੇ ਜੀ ਕੋਈ ਦੰਦਾਂ ਤੋਂ ਕਮੀ ਨਹੀਂ ਕਿਸੇ ਚੀਜ਼ ਦੀ ਵੀ ਹੈਗੀ ਸਾਰੇ ਪਸ਼ੂ ਸਾਫ਼ ਸੁਥਰੇ ਨੇ ਜੀ ਲਓ ਭਰਾਵੋ ਚਰਨੇ ਬਾਈ ਦਾ ਕਰਦੇ ਹਾਂ ਧੰਨਵਾਦ ਤੇ ਵੀ ਅੱਜ ਬਾਈ ਨੇ ਪੂਰੀ ਪੱਕੀ ਸੇਲ ਲਾਤੀ 15 ਇਹਨਾਂ ਨੇ ਕਿਹਾ ਤੇ ਹੋਰ ਵੀ ਹੋ ਜੂ ਮਾਨਤਾਨ ਵਧੀਆ ਜੇ ਆਪਾਂ ਉਰੇ ਆਵਾਂਗੇ ਜੇ ਸੰਪਰਕ ਨੰਬਰ ਲੈਣਾ ਤਾਂ ਲੈ ਲਿਓ ਮੇਰੇ ਤੋਂ ਗੱਲਬਾਤ ਵੀ ਕਰਨੀ ਹੁੰਦੀ ਹੈ ਕਈ ਵਾਰ ਵੀਰਾਂ ਨੇ ਨਾ ਉਦਾਂ ਤਾਂ ਚਰਨੇ ਬਾਈ ਕੋਲੇ ਬੱਕਰੀਆਂ ਖੜਦੀਆਂ ਨੇਗੀਆਂ ਜਿਹੜੀ ਅੱਜ ਆ ਗਈ ਕੱਲ ਨੂੰ ਉਹ ਮਿਲਦੀ ਨੇਗੀ ਹਾਂ ਜੀ ਵਿਕੀ ਜਾਂਦੀਆਂ ਨੇ ਬਿਲਕੁਲ ਬਿਲਕੁਲ ਵੀਰੇ ਹਾਂ ਬਿਲਕੁਲ ਵਿਕੀ ਜਾਂਦੀਆਂ ਨੇ ਬਾਈ ਠੀਕ ਹੈ ਹਾਂ ਜੀ ਹਾਂ ਕਿੱਥੇ ਤੱਕ ਬੱਕਰੀਆਂ ਭੇਜਤੀ ਪਹਿਲਾਂ ਬੱਕਰੀਆਂ ਬਥੇਰੀ ਬਥੇਰੀ ਦੂਰ ਤੱਕ ਭੇਜਤੀਆਂ ਜੀ ਕਿੱਥੇ ਤੱਕ ਬੱਕਰੀਆਂ ਦਾ ਤਾਂ ਅੰਤ ਹੀ ਨਹੀਂ ਹੈਗਾ ਜੀ ਠੀਕ ਹੈ ਹਾਂ ਜੀ ਚੰਗਾ ਧੰਨਵਾਦ